ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਕੱਲ੍ਹ ਰਿਜ਼ਲਟ ਆਉਣਾ, ਪਰ ਰਿਜ਼ਲਟ ਤੋਂ ਪਹਿਲਾਂ ਲੋਕ ਕੀ ਸੋਚ ਰਹੇ ਨੇ ਉਸੇ ਚੀਜ਼ ਨੂੰ ਲੈ ਕੇ ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਦੇ ਉੱਪਰ। ਮਤਲਬ ਜਿਹੜਾ ਆਏ ਉਹ ਠੀਕ ਹੈ, ਬਾਕੀ ਹਾਲੇ ਸਾਰੇ ਮਾੜੇ ਹੀ ਹੈ, ਕੰਨ ਮਾਰਿਆ ਕਰਦੇ ਵੀ ਸਾਨੂੰ ਫਿਰ ਗੱਡੀ ਪਾਉਣੀ ਪੈਂਦੀ ਹੈ। ਜੋ ਮਰਜ਼ੀ ਆ ਜਾਏ, ਹਾਲ ਹੀ ਹੈ, ਪੰਜਾਬ ਤੋਂ ਸੁਧਾਰ ਤਾਂ ਹੋਣਾ ਚਾਹੀਏ, ਕੋਈ ਯੋਗੀ ਜੈਸਾ ਆਉਣਾ ਚਾਹੀਏ, ਜਾਂ ਤਾਂ ਜੋ ਵੀ ਆਏ ਉਹ ਸਟੈਪ ਲਏ, ਆਏ ਕੋਈ ਵੀ ਲੇਕਿਨ ਸਟੈਪ ਲਏ, ਐਟਲੀਸਟ ਲੀਡਰ ਚਾਹੀਏ ਜੋ ਦੇਸ਼ ਕਾ ਵਿਕਾਸ ਕਰੇ, ਜਨਤਾ ਕੀ ਆਵਾਜ਼ ਸੁਣੇ, ਜੋ ਮਹਿੰਗਾਈ ਹੈ ਉਸ ਪਰ ਕਾਬੂ ਕਰੇ, ਬੇਰੁਜ਼ਗਾਰੀ ਕੋ ਖਤਮ ਕਰੇ। ਪੂਰੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਅਤੇ ਕੱਲ੍ਹ ਰਿਜ਼ਲਟ ਆਉਣਾ, ਪਰ ਰਿਜ਼ਲਟ ਤੋਂ ਪਹਿਲਾਂ ਲੋਕ ਕੀ ਸੋਚ ਰਹੇ ਨੇ ਉਸੇ ਚੀਜ਼ ਨੂੰ ਲੈ ਕੇ ਲਿਵਿੰਗ ਇੰਡੀਆ ਟੀਮ ਗਰਾਊਂਡ ਜ਼ੀਰੋ ਦੇ ਉੱਪਰ। ਅੰਮ੍ਰਿਤਸਰ ਗੁਰੂਨਗਰੀ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕ ਕੀ ਸੋਚ ਰਹੇ ਨੇ, ਕਿਉਂਕਿ ਚੋਣਾਂ ਖਤਮ ਹੋ ਗਈਆਂ ਨੇ, ਲੋਕ ਕਿੱਦਾਂ ਦਾ ਲੀਡਰ ਚਾਹੁੰਦੇ ਨੇ, ਕਿਉਂਕਿ ਲੋਕਾਂ ਨੇ ਵੋਟਾਂ ਵੀ ਪਾ ਦਿੱਤੀਆਂ ਨੇ, ਪਰ ਲੋਕਾਂ ਦਾ ਹੁਣ ਮੂਡ ਕੀ ਲੱਗ ਰਿਹਾ ਅਤੇ ਲੀਡਰ ਕਿੱਦਾਂ ਦਾ ਚਾਹੀਦਾ, ਗੱਲਬਾਤ ਕਰਾਂਗੇ। ਭਾਅ ਜੀ ਕੀ ਨਾਮ? ਰੋਹਿਤ। ਕੱਲ੍ਹ ਰਿਜ਼ਲਟ ਆ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਕਿੱਦਾਂ ਦਾ ਲੀਡਰ ਚਾਹੀਦਾ ਜੀ? ਕਾਂਗਰਸ ਦਾ। ਕਾਂਗਰਸ ਦਾ ਕਾਰਨ ਕੀ ਮੰਨ ਰਹੇ? ਔਜਲਾ ਸਾਹਿਬ। ਔਜਲਾ ਸਾਹਿਬ, ਹਾਂਜੀ। ਕਾਰਨ ਕੀ ਮੰਨ ਰਹੇ ਹੋ? ਸਾਰੇ ਕਿਤੇ ਗੱਲਬਾਤ ਕਰਦੇ ਆ, ਵਧੀਆ ਗੱਲ ਕਰ ਰਹੇ ਆ, ਬੋਲ ਰਹੇ ਆ ਵਧੀਆ। ਬੀਜੇਪੀ ਕੋਲ ਲੀਡਰ ਕੋਈ ਲੋਕਲ ਕੈਂਡੀਡੇਟ ਹੀ ਨਹੀਂ ਹੈਗਾ, ਆਪਣੇ ਤਰੁਣ ਚੁੱਗ ਜੀ ਹੈਗੇ ਆ, ਇਹ ਹੈਗੇ ਆਪਣੇ ਦੂਸਰੇ ਇੱਕ ਜਿਹੜੇ ਹੈਗੇ ਸਮੁੰਦਰੀ ਸਾਹਿਬ ਨੂੰ ਬਾਹਰੋਂ ਲੈ ਕੇ ਆਉਂਦਾ ਉਹਨਾਂ ਨੇ, ਸ਼ੂਟ ਹੈਗਾ ਜੀ, ਇਹ ਰੱਬ ਜਾਣਦਾ ਜੀ ਹੁਣ ਉਹਨਾਂ ਦਾ ਪੈਰਾਸ਼ੂਟ ਹੈ ਕੀ ਗਿਆ। ਔਜਲਾ ਸਾਹਿਬ, ਔਜਲਾ ਸਾਹਿਬ ਅੰਮ੍ਰਿਤਸਰ ਦੇ ਲੋਕ ਹੈ, ਵੋਟ ਪਾਈਏ ਜੀ, ਕਾਰਨ ਇਹ ਸਾਡੀ ਬਣੀ ਨਹੀਂ ਜੀ, ਬਣੀ ਹੁੰਦੀ ਕਿਹਨੂੰ ਪਾਉਣੀ, ਕਿਹਨੂੰ ਪਾ ਦਿੰਦੇ ਅਮਨਾਥ ਕੇ ਸੋਰੀ ਪਾਉਂਦਾ ਸਰ। ਆ ਬਿਲਕੁਲ ਜੀ, ਇਹ ਅੰਮ੍ਰਿਤਸਰ ਦੇ ਲੋਕ ਨੇ, ਇਸ ਭੱਜ ਦੌੜ ਦੇ ਵਿੱਚ ਲੋਕ ਕਿਹਨੂੰ ਪਸੰਦ ਕਰ ਰਹੇ ਨੇ, ਗੱਲਬਾਤ ਅਸੀਂ ਕਰਾਂਗੇ ਬੈਟਰੀ ਚਾਲਕ ਵਾਲਿਆਂ ਨਾਲ। ਭਾਈ ਸਾਹਿਬ ਵੋਟ ਪਾਈਏ ਜੀ ਕੱਲ੍ਹ? ਹਾਂਜੀ ਮਹਾਰਾਜ। ਫਿਰ ਕਿੱਦਾਂ ਦਾ ਲੀਡਰ ਚਾਹੀਦਾ ਅੰਮ੍ਰਿਤਸਰ? ਮਹਾਰਾਜ ਜਿਹੜਾ ਆਏ ਉਹ ਠੀਕ ਹੈ, ਬਾਕੀ ਹਾਲੇ ਸਾਰੇ ਮਾੜੇ ਹੀ ਆ। ਕਾਰਨ ਕੀ ਮੰਨ ਰਹੇ? ਹਾਂਜੀ, ਕਾਰਨ ਮਾਰਿਆ ਕਰਦੇ ਵੀ ਸਾਨੂੰ ਫਿਰ ਗੱਡੀ ਪਾਉਣੀ ਪੈਂਦੀ ਹੈ, ਹੋਰ ਇਹ ਕੀ ਕਰੀਏ। ਜੇ ਕੋਈ ਲੀਡਰ ਆਉਂਦਾ ਤਾਂ ਪੰਜਾਬ ਦੀ ਆਵਾਜ਼ ਬੁਲੰਦ ਕਰੇ ਲੋਕ ਸਭਾ ਚ? ਇਹ ਕੁਛ ਨਹੀਂ ਕਰਦੇ ਮਹਾਰਾਜ, ਇਹੋ ਹਾਰ ਰਹਿੰਦਾ ਜਿਹੜਾ ਮਰਜ਼ੀ ਆ ਜਾਏ, ਭਾਵੇਂ ਕਾਂਗਰਸ ਆ ਜਾਏ, ਜਨਤਾ ਪਾਰਟੀ ਆ ਜਾਏ, ਝਾੜੂ ਵਾਲਾ ਆ ਜਾਏ, ਕੋਈ ਆਏ, ਆਮ ਲੋਕਾਂ ਦੇ ਉੱਪਰ ਪੈਰ। ਹਾਂਜੀ, ਇਹੋ ਹਾਰ ਰਹਿੰਦਾ ਜੀ। ਮੈਮ ਕਿੱਦਾਂ ਲੱਗ ਰਿਹਾ ਕੱਲ੍ਹ ਰਿਜ਼ਲਟ ਹੈਗਾ, ਤੁਸੀਂ ਕਿੱਦਾਂ ਦੇਖ? ਉਨਕੀ ਬਾਤ ਸਹੀ ਹੈ, ਜੋ ਮਰਜ਼ੀ ਆ ਜਾਏ, ਹਾਲ ਹੀ ਹੈ, ਪੰਜਾਬ ਕਾ ਸੁਧਾਰ ਤਾਂ ਹੋਣਾ ਚਾਹੀਏ, ਕੋਈ ਯੋਗੀ ਜੈਸਾ ਆਉਣਾ ਚਾਹੀਏ, ਬਿਲਕੁਲ ਆਉਣਾ ਚਾਹੀਏ, ਜਿਤਨਾ ਨਸ਼ਾ ਪੱਤੀ ਆਪ ਦੇਖੋ ਬੱਚੋਂ ਕਾ ਹਾਲ ਕਿਆ ਹੈ, ਡੈਫੀਨੇਟਲੀ ਯੋਗੀ ਜੈਸਾ ਆਉਣਾ ਚਾਹੀਏ, ਤੋ ਹੀ ਕੁਛ ਸੁਧਾਰ ਹੋਏਗਾ, ਜਾਂ ਤਾਂ ਜੋ ਵੀ ਆਏ ਉਹ ਸਟੈਪ ਲਏ, ਆਏ ਕੋਈ ਵੀ ਲੇਕਿਨ ਸਟੈਪ ਲਏ, ਐਟਲੀਸਟ ਪੰਜਾਬ ਕੇ ਲੀਡਰ ਜੋ ਉਸ ਪੇ ਵਿਸ਼ਵਾਸ ਨਹੀਂ ਕਰਦੇ। ਮੈਂ ਕਹਿ ਰਹੀ ਹੂੰ ਜੋ ਵੀ ਆਏ ਉਹ ਸਟੈਪ ਲਏ, ਸਭ ਪੇ ਵਿਸ਼ਵਾਸ ਹੈ ਲੇਕਿਨ ਜੋ ਆਏ ਉਹ ਸਟੈਪ ਲਏ, ਐਟਲੀਸਟ ਜੈਸਾ ਬਣਨਾ ਚਾਹੀਏ, ਬਿਲਕੁਲ ਆਉਣਾ ਚਾਹੀਏ, ਜੋ ਬੋਲਦੀ ਹੈ ਉਹ ਕਰਨਾ ਹੈ, ਬਿਲਕੁਲ ਕਰਨਾ ਚਾਹੀਏ, ਨਸ਼ਾ ਪੱਤੀ ਖਤਮ ਹੋਣੀ ਚਾਹੀਏ ਪੰਜਾਬ ਮੇਂ, ਸਭ ਨਸ਼ਾ, ਬਹੁਤ ਨਸ਼ਾ ਹੈ ਪੰਜਾਬ ਮੇਂ, ਬਹੁਤ ਨਸ਼ਾ, ਇਹ ਲੋਕਾਂ ਦਾ ਮੂਡ ਹੈਗਾ। ਵੋਟ ਪਾਈਏ ਜੀ ਕੱਲ੍ਹ? ਹਾਂਜੀ ਹਾਂਜੀ। ਕਿੱਦਾਂ ਦੀ ਸਰਕਾਰ ਚਾਹੀਦੀ ਹੈ? ਜਿਹੜਾ ਮਰਜ਼ੀ ਆ ਜਾਏ ਉਹਨਾਂ ਦੀ ਗੱਲ ਸਹੀ ਹੈ, ਸੇਮ ਹੀ ਸਾਰੀ, ਕੋਈ ਗੱਲ ਆ, ਕੋਈ ਗੱਲ ਨਹੀਂ, ਓਕੇ ਸਰ। ਬਿਲਕੁਲ ਜੀ, ਇਹ ਲੋਕ ਅੰਮ੍ਰਿਤਸਰ ਦੇ ਕਿ ਜਿਹੜੀ ਮਰਜ਼ੀ ਸਰਕਾਰ ਆਵੇ ਪਰ ਲੀਡਰ ਆਵਾਮ ਦੀ ਗੱਲ ਕਰਨ ਵਾਸਤੇ ਚਾਹੀਦਾ, ਕਿ ਜਿਹੜਾ ਲੀਡਰ ਆਵਾਮ ਦੀ ਗੱਲ ਕਰੇ, ਲੋਕਾਂ ਦੀ ਗੱਲ ਕਰੇ। ਇਹ ਲੋਕ ਨੇ ਅੰਮ੍ਰਿਤਸਰ ਦੇ ਕਿ ਜਿਹੜੇ ਚਾਹੁੰਦੇ ਨੇ ਕਿ ਲੀਡਰ ਜਾਂ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰੇ, ਅੰਮ੍ਰਿਤਸਰ ਦੇ ਮੁੱਦਿਆਂ ਦੇ ਉੱਪਰ ਗੱਲ ਕਰੇ, ਉਹ ਲੀਡਰ ਸਾਨੂੰ ਮਿਲਣਾ ਚਾਹੀਦਾ। ਪੱਟੀ ਲੰਘ ਕੇ ਬਿਲਕੁਲ ਜੀ, ਲੋਕਾਂ ਨੇ ਵੋਟਾਂ ਪਾਈਆ। ਭਾਅ ਜੀ ਕਿੱਦਾਂ ਦਾ ਲੀਡਰ ਚਾਹੀਦਾ, ਕੱਲ੍ਹ ਰਿਜ਼ਲਟ ਹੈਗਾ ਜੀ? ਚੁੱਪ ਹੀ ਕਰ ਗਏ, ਪਤਾ ਹੀ ਨਹੀਂ ਕੋਈ, ਮੈਂ ਕੀ ਦੱਸ ਸਕਦਾ ਭਾਈ। ਤੁਸੀਂ ਇਹਦੇ 'ਚ ਕੋਈ ਸੋਚਿਆ ਹੋਗਾ ਕਿੱਦਾਂ ਦਾ ਲੀਡਰ ਚਾਹੀਦਾ? ਜਿਸ ਤਰ੍ਹਾਂ ਦਾ ਵੀ ਆ ਜਾਏਗਾ ਸਭ ਦੇ ਨਾਲ ਹੀ ਹੈ, ਨਾਲ ਹੀ ਹੈ ਜੀ। ਬਿਲਕੁਲ ਜੀ,
ਨਾਲ ਹੀ ਆ, ਹੋਰ ਵੀ ਲੋਕ ਹੈਗੇ ਨੇ ਭਾਅ ਜੀ, ਕੱਲ੍ਹ ਵੋਟ ਪਾਈ ਫਿਰ? ਹਾਂਜੀ ਹਾਂਜੀ। ਕਿੱਦਾਂ ਦਾ ਲੀਡਰ ਚਾਹੀਦਾ? ਲੀਡਰ ਜੋ ਵਿਕਾਸ ਕਰ ਸਕੇ, ਜਨਤਾ ਕੀ ਸੁਣ ਸਕੇ, ਪਰੇਸ਼ਾਨੀ ਕਿਆ ਕਿਆ ਨਹੀਂ ਹੈ, ਦਿੱਕਤ। ਅੰਮ੍ਰਿਤਸਰ ਤਾਂ ਲੱਗਦਾ ਕਿ ਸੁਧਾਰ ਹੋਣਾ ਚਾਹੀਦਾ, ਗੁਰੂ ਨਗਰੀ ਬਿਲਕੁਲ ਹੋਣਾ ਚਾਹੀਦਾ ਜੀ, ਸੁਧਾਰ ਹੋਣਾ ਚਾਹੀਦਾ, ਹਰ ਵਿਵਸਥਾਏ ਠੀਕ ਹੋਣੀ ਚਾਹੀਏ, ਜਿਸ ਤਰ੍ਹਾਂ ਯਹਾਂ ਪੇ ਮਤਲਬ ਨਸ਼ੇ ਕੇ ਕਾਮ ਜ਼ਿਆਦਾ ਬੰਦ ਹੋਣਾ ਚਾਹੀਏ, ਹਰ ਇੱਕ ਗਲੀਓ ਮੇਂ ਮਤਲਬ ਨਸ਼ੇੜੀ ਖੜੇ ਰਹਤੇ ਹੈ, ਉਹ ਚੀਜ਼ ਬੰਦ ਹੋਣੀ ਚਾਹੀਏ। ਬੋਰਡ ਸੋਚ ਸਮਝ ਕੇ ਪਾਈ ਹੈ ਲੀਡਰ? ਹਾਂਜੀ ਹਾਂਜੀ ਬਿਲਕੁਲ ਜੀ। ਸੋਚੋਗੇ ਨੌਜਵਾਨ ਪੀੜ੍ਹੀ, ਹਾਂਜੀ ਕੀ ਨਾਮ? ਪਵਨਵੀਰ ਸਿੰਘ। ਕਿਹੜੇ ਪਿੰਡ ਤੋਂ ਜੀ? ਆਪਣਾ ਤਰਨ ਤਾਰਨ ਜ਼ਿਲ੍ਹਾ ਜੀ, ਮੰਡੋਰੀ ਰਾਣਾ ਸਿੰਘ। ਹਾਂ, ਤਰਨ ਤਾਰਨ ਦੀ ਗੱਲ ਕਰੀਏ ਆਪਾਂ, ਲੀਡਰ ਕਿੱਦਾਂ ਦਾ ਚਾਹੀਦਾ? ਲੀਡਰ ਵਧੀਆ ਚਾਹੀਦਾ, ਨਿਰਪੱਖ ਹੋਵੇ, ਜਿਹੜੀ ਆਮ ਦੀ ਗੱਲ ਕਰੇ। ਹਾਂਜੀ। ਕਿਹੜੇ ਕਿਹੜੇ ਮੁੱਦੇ ਆ ਤਰਨ ਤਾਰਨ ਦੀ ਗੱਲ ਕਰੀਏ? ਤਰਨ ਤਾਰਨ ਜ਼ਿਆਦਾ ਤਾਂ ਨਸ਼ੇ ਦਾ ਹੀ ਆ ਜੀ, ਏਰੀਆ। ਹਾਂਜੀ, ਬਾਕੀ ਲੁੱਟਾਂ ਖੋਹਾਂ ਯਾਦ ਆ, ਇਹੀ ਆ, ਸ਼ੁਕਰ ਹੋਰ ਤਾਂ ਨਹੀਂ। ਵੋਟ ਪਾਈ ਫਿਰ? ਜੀ ਜੀ ਬਿਲਕੁਲ, ਹੁਣ ਦੇਖਦੇ ਅੱਗੇ ਕੀ ਹੁੰਦਾ। ਤੁਸੀਂ ਕੰਮ ਕਰਦਾ ਆਪਣਾ ਜੀ? ਜੀ ਆਪਣਾ ਬਿਲਕੁਲ ਜੀ, ਇਹ ਲੀਡਰਾਂ ਦੇ। ਹਾਂਜੀ, ਕੈਸਾ ਲੀਡਰ ਹੋਣਾ ਚਾਹੀਦਾ? ਲੀਡਰ ਜੈਸਾ ਆ ਗਿਆ ਹੈ ਆਮ ਆਦਮੀ ਪਾਰਟੀ, ਵੈਸੇ ਲੀਡਰ ਹੋਣਾ ਚਾਹੀਏ। ਗਰੀਬੋ ਕੋ ਰਾਹਤ ਮਿਲਾ ਹੈ, 300 ਯੂਨਿਟ ਬਿਜਲੀ ਫ੍ਰੀ ਕੀਆ ਹੈ, ਕੋਈ ਸਰਕਾਰ ਕੀਆ ਹੈ ਅਭੀ ਤੱਕ? ਮੈਂ ਤੋ ਬਿਹਾਰ ਕੇ ਰਹਨੇ ਵਾਲੇ ਹੂੰ। ਅੰਮ੍ਰਿਤਸਰ ਮੇਂ ਕਬ ਕੇ ਰਹਨੇ? 2008 ਸੇ ਹੂੰ। ਕਿਆ ਬਾਤ ਹੈ, ਜੁੰਟ ਫ੍ਰੀ ਹੈ ਜੀ? ਇਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੋਈ ਕਹਿ ਰਿਹਾ ਕਿ ਆਮ ਪਾਰਟੀ, ਕੋਈ ਕਾਂਗਰਸ, ਕੋਈ ਅਕਾਲੀ ਦਲ, ਪਰ ਹੁਣ ਸਵਾਲ ਆ ਕਿ ਕੱਲ ਕਿਸ ਦਾ ਭਵਿੱਖ ਬਦਲਦਾ? ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਨੇ ਉਹ ਕਿਹੜੇ ਲੀਡਰ ਨੇ ਅਤੇ ਕਿਹੜੇ ਵਿਧਾਨ ਸਭਾ ਦੇ ਵਿੱਚ ਮੁੱਦਿਆਂ ਦੇ ਉੱਪਰ ਗੱਲ ਕਰਨਗੇ, ਉਹ ਕੱਲ੍ਹ ਵਾਲਾ ਰਿਜ਼ਲਟ ਹੀ ਦੱਸੂਗਾ। ਬਿਲਕੁਲ, ਹਾਂਜੀ ਕੀ ਨਾਮ ਹੈ ਜੀ? ਲਾਲਤਾ ਪ੍ਰਸਾਦ। ਲਾਲ ਜੀ, ਕੱਲ੍ਹ ਰਿਜ਼ਲਟ ਹੈ ਜੀ, ਫਿਰ ਕੀ ਸੋਚਿਆ, ਕਿੱਦਾਂ ਦਾ ਲੀਡਰ ਚਾਹੀਦਾ? ਲੀਡਰ ਚਾਹੀਏ ਜੋ ਦੇਸ਼ ਕਾ ਵਿਕਾਸ ਕਰੇ, ਜਨਤਾ ਕੀ ਆਵਾਜ਼ ਸੁਣੇ, ਔਰ ਜੋ ਮਹਿੰਗਾਈ ਹੈ ਉਸ ਪਰ ਕਾਬੂ ਕਰੇ, ਬੇਰੁਜ਼ਗਾਰੀ ਕੋ ਖਤਮ ਕਰੇ, ਔਰ ਦੇਸ਼ ਕੀ ਸਵੱਛਤਾ ਅਖੰਡਤਾ ਕੋ ਕਾਇਮ ਰੱਖੇ। ਅੰਮ੍ਰਿਤਸਰ ਕੇ ਕਿਹੜੇ ਕਿਹੜੇ ਮੁੱਦੇ ਹੈ ਜੀ? ਅੰਮ੍ਰਿਤਸਰ ਕੇ ਤੋ ਮੁੱਦੇ ਤੋ ਕਾਫੀ ਹੈਗੇ, ਇਹ ਤੋ ਡਿਵਲਪਮੈਂਟ ਕਾ ਮੁੱਦਾ। ਹਾਂ ਹਾਂ, ਦੂਸਰੀ ਬਾਤ ਹੈ ਸ਼ਹਿਰ ਕੀ ਸਫਾਈ, ਕਾਨੂੰਨ ਵਿਵਸਥਾ, ਔਰ ਸਬਸੇ ਬੜਾ ਮੁੱਦਾ ਤੋ ਇਹ ਸੇ ਪੰਜਾਬ ਮੇਂ ਯਾ ਅੰਮ੍ਰਿਤਸਰ ਕਾ ਯੇ ਹੈ ਜੋ ਨਸ਼ਾ ਬੰਦ ਨਹੀਂ ਹੋ ਰਹਾ ਹੈ ਨਾ। ਹਾਂ ਹਾਂ, ਉਹ ਬੇਗੁਨਾਹ ਮੌਤੇ ਹੋ ਰਹੀ ਹੈ, ਉਸਕਾ ਬਹੁਤ ਬੜਾ ਮੁੱਦਾ ਹੈ। ਅਗਰ ਪ੍ਰਸ਼ਾਸਨ ਸ਼ਾਸਨ ਚਾਹੇ ਤੋ ਦੋ ਦਿਨ ਕਾ ਮੁੱਦਾ ਨਹੀਂ ਹੈ। ਜਬ ਇਤਨਾ ਬੜਾ ਉਗਰਵਾਦ ਸਮਾਪਤ ਹੋ ਸਕਤਾ ਪੰਜਾਬ ਸੇ, ਤੋ ਇਹ ਤੋ ਕੋਈ ਗੱਲ ਨਹੀਂ ਹੈ। ਅਗਰ ਇਹ ਇਨਕੀ ਨੀਅਤ ਅੱਛੀ ਹੋ ਨਾ, ਤੋ ਦੋ ਦਿਨ ਮੈਂ ਇਹ ਚਿੱਟਾ ਫਿੱਟਾ ਜੋ ਕੁਛ ਹੈ ਸਭ ਖਤਮ ਹੋ ਗਿਆ। ਹਾਂ, ਸਹੀ ਲੀਡਰ ਕੋ ਵੋਟ ਡਾਲੀ ਆਪਣੀ? ਹਾਂ ਹਾਂ, ਸਮਝ ਗਏ, ਸੋ ਸਮਝ ਗਏ ਬਿਲਕੁਲ ਜੀ। ਲੀਡਰ ਨੂੰ ਵੋਟ ਪਾਈ ਆ ਭਾਅ ਜੀ, ਵੋਟ ਪਾਈ ਕੱਲ੍ਹ ਰਿਜ਼ਲਟ ਫਿਰ ਕੀ ਸੋਚਿਆ? ਬੀਜੇਪੀ ਮੋਦੀ ਸਾਹਿਬ ਨੇ ਆਉਣਾ, ਹੋਰ ਕੀ ਸੋਚਣਾ ਭਰਾ ਮੇਰੇ ਆ। ਹਾਂਜੀ, ਕਿਹੜੇ ਕੰਮ ਕੀਤੇ ਪੰਜਾਬ ਨੇ? ਅਸੀਂ ਸ਼ੁਰੂ ਤੋਂ ਮੋਦੀ ਦੇ ਫੈਨ ਆ, ਜੂ ਤੋਂ ਜਮੇ ਆ, ਹੁਣ ਤੂੰ ਇਹਦਾ ਜਵਾਬ ਤੂੰ ਸਮਝ ਲੈ, ਫੈਨ ਹੈਗੇ ਹੋ ਬੀਜੇਪੀ ਦੇ? ਹਾਂਜੀ ਵਿਹਲੇ ਹੀ ਗਏ। ਹਾਂਜੀ, ਕਿੱਦਾਂ ਦਾ ਫਿਰ ਕੱਲ੍ਹ ਰਿਜ਼ਲਟ? ਕੱਲ੍ਹ ਰਿਜ਼ਲਟ ਸਾਨੂੰ ਤਾਂ ਚਾਹੀਦਾ ਕਿ ਬੀਜੇਪੀ ਆਵੇ, ਸਾਨੂੰ ਖੁਸ਼ੀ ਹੋਏਗੀ, ਅਸੀਂ ਤਾਂ ਬੀਜੇਪੀ ਨਾਲ ਖੁਸ਼ ਹੈਗੇ ਹਾਂ। ਕਈ ਜਗ੍ਹਾ ਦੇ ਉੱਪਰ ਬੀਜੇਪੀ ਦੇ ਬੂਥ ਨਹੀਂ ਲੱਗ ਦਿੱਤੇ? ਨਹੀਂ ਲੱਗਣ ਦਿੱਤੇ, ਉਹ ਗੱਲ ਇੱਕ ਅਲੱਗ ਹੈਗੀ ਹੈ, ਉਹਦੇ ਅਸੀਂ ਧਰਮ ਦੇ ਨਾਂ ਦੇ ਵੋਟ। ਠੀਕ ਹੈ ਜੀ, ਜੈ ਸ਼੍ਰੀ ਰਾਮ। ਕੰਮ ਕੀਤਾ ਰੇ ਵੀ ਜੀ, ਮੰਦਰ ਬਣਾਇਆ, ਸਭ ਕੁਝ ਬਣਾਇਆ ਰੇ। ਇਹ ਲੋਕ ਨੇ ਕਿ ਮੰਦਰ, ਰਾਮ ਮੰਦਰ ਦੇ ਉੱਪਰ ਵੀ ਕਈ ਵੋਟਾਂ ਮੰਗ ਰਹੇ, ਪਰ ਸਵਾਲ ਹੈ ਕਿ ਕੱਲ੍ਹ ਜਿਹੜਾ ਰਿਜ਼ਲਟ ਆ ਉਸ ਰਿਜ਼ਲਟ ਦੇ ਵਿੱਚ ਕੀ ਨਤੀਜਾ ਆਉਂਦਾ, ਇਹ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ।
ਅੰਮ੍ਰਿਤਸਰ ਗੁਰੂ ਨਗਰੀ ਦੇ ਲੋਕ ਨੇ ਕੜਾਕੇ ਦੀ ਭਾਵੇਂ ਧੁੱਪ ਆ ਪਰ ਕਾਰੋਬਾਰ ਦੇ ਉੱਪਰ ਜਾ ਰਹੇ ਨੇ, ਪਰ ਗੱਲਬਾਤ ਆ ਕਿ ਕੱਲ੍ਹ ਵੀ ਕੜਾਕਾ ਹੀ ਲੱਗਣ ਵਾਲਾ ਵਾ। ਭਾਜੀ ਕੀ ਨਾਮ ਹੈ? ਸਤੀਸ਼ ਭਾਟੀਆ। ਕੱਲ੍ਹ ਫਿਰ ਰਿਜ਼ਲਟ ਹੈਗਾ ਵਾ, ਦਿਲ ਤੇ ਲੀਡਰਾਂ ਦੇ ਐਂ ਕਰਦੇ ਨੇ ਜਿਹੜੇ ਖੜੇ ਲਏ। ਬਿਲਕੁਲ ਜੀ। ਤੇ ਆਮ ਜਨਤਾ ਨੇ ਫਿਰ ਕੀ ਸੋਚਿਆ? ਆਮ ਜਨਤਾ ਨੇ ਵੇਖੋ ਜੀ, ਹਜੇ ਤੱਕ ਤੇ ਜਦੋਂ ਸਰਕਾਰ ਨਵੀਂ ਆਏਗੀ ਫਿਰ ਹੀ ਪਤਾ ਚੱਲੇਗਾ, ਬਾਕੀ ਪਹਿਲੇ ਅੰਮ੍ਰਿਤਸਰ ਬਹੁਤ ਪਿੱਛੇ ਪੈ ਗਿਆ, ਮੇਨ ਜਿਹੜਾ ਹੈਗਾ ਨਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਬਹੁਤ ਵਪਾਰ 'ਚ ਪਿੱਛੇ ਪੈ ਗਿਆ, ਸਾਰੇ ਪਾਸੇ ਪਿੱਛੇ ਹੈ, ਸਾਰੇ ਪਾਸੇ ਪਿੱਛੇ। ਕਾਰਨ ਕੀ ਮੰਨ? ਕਾਰਨ ਕੁਛ ਸਾਡੇ ਗੌਰਮੈਂਟ ਦੀਆਂ ਪੋਲਸੀਆਂ ਗਲਤ ਨੇ, ਕੁਛ ਲੋਕਾਂ ਦੀ ਸੋਚ 'ਚ ਵੀ ਫਰਕ ਹੈ, ਅਤੇ ਕੁਛ ਮਤਲਬ ਕਿ ਅੱਗੋਂ ਕੁਛ ਨਜ਼ਰ ਨਹੀਂ ਆ ਰਿਹਾ, ਪੰਜਾਬ ਦੀ ਤਰੱਕੀ ਦਾ ਕੁਛ ਨਜ਼ਰ ਨਹੀਂ ਆ ਰਿਹਾ। ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ? ਸਰਕਾਰ ਜਿਹੜੀ ਵੇਖੋ ਜੀ ਸਾਡੇ ਮੁਲਕ ਨੂੰ ਅੱਗੇ ਲੈ ਕੇ ਜਾਵੇ, ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਵੇ, ਕਿਉਂਕਿ ਇਹ ਨਾ ਹੋਏ ਕਿ ਆਪ ਹੀ ਪੇਟ ਭਰੀ ਜਾਣ, ਲੋਕਾਂ ਦਾ ਵੀ ਸੋਚਣ, ਵਪਾਰ ਦਾ ਸੋਚਣ, ਕਿਉਂ ਮੇਨ ਵਪਾਰ ਦਾ ਸਿਰ 'ਤੇ ਪੰਜਾਬ ਚੱਲਣਾ। ਇੰਨੀਆਂ ਟੈਕਸਾਂ ਲੋਕ ਭਰਦੇ, ਕੋਈ ਫੈਸਿਲਿਟੀ ਨਹੀਂ, ਉਲਟਾ ਗੌਰਮੈਂਟ ਵਪਾਰੀਆਂ ਨੂੰ ਹੀ ਤੰਗ ਕਰਦਾ ਜੀ ਭਾਈ। ਫਿਰ ਸੋਚ ਸਮਝ ਕੇ ਵੋਟ ਪਾਈ? ਆਪਣੇ ਵੱਲੋਂ ਤਾਂ ਸੋਚ ਸਮਝ ਕੇ ਪਾਈ, ਬਾਕੀ ਪ੍ਰਭੂ ਪਾਈ ਹੈ ਜਿਹੜੀ ਲੋਕ ਸਭਾ ਦੇ ਵਿੱਚ ਗੱਲ। ਹਾਂਜੀ ਬਿਲਕੁਲ ਜੀ, ਸਾਡੇ ਪੰਜਾਬ ਦੀ ਤਰੱਕੀ ਵਾਸਤੇ ਸੋਚੇ, ਮੇਨ ਪੰਜਾਬ ਦੀ ਤਰੱਕੀ ਚਾਹੀਦੀ ਹੈ, ਪੰਜਾਬ ਦੀ ਤਰੱਕੀ। ਭਾਜੀ ਵੋਟ ਪਾਈ? ਗੱਲ ਪਾਈ ਹੈ ਸਰ। ਕਿੱਦਾਂ ਦਾ ਫਿਰ ਲੀਡਰ ਚਾਹੁੰਦੇ? ਜਿਹੜਾ ਡਿਵੈਲਪਮੈਂਟ ਕਰੇ ਬਸ। ਅੰਮ੍ਰਿਤਸਰ 'ਚ ਬਹੁਤ ਕੰਮ ਹੋਣ ਵਾਲੇ ਆ, ਡਿਵੈਲਪਮੈਂਟ ਦੇ ਸਾਰੇ ਕੰਮ ਹੋਣ ਵਾਲੇ ਆ ਜੀ, ਟ੍ਰੈਫਿਕ ਨਸ਼ਾ ਟ੍ਰੈਫਿਕ। ਇਹ ਅੰਮ੍ਰਿਤਸਰ ਦੇ ਲੋਕ ਨੇ, ਹਰ ਇੱਕ ਲੋਕ ਇਹੀ ਗੱਲ ਕਰ ਰਹੇ ਨੇ ਕਿ ਨਸ਼ਾ ਖਤਮ ਹੋਣਾ ਚਾਹੀਦਾ, ਡਿਵੈਲਪਮੈਂਟ ਹੋਣੀ ਚਾਹੀਦੀ ਅੰਮ੍ਰਿਤਸਰ ਦੇ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਲੋਕ ਕੀ ਸੋਚਦੇ? ਕੀ ਨਾਮ ਹੈ ਸਰ? ਅਜੇ ਕੁਮਾਰ ਜੀ। ਅਜੇ ਕੁਮਾਰ ਜੀ, ਕਿੱਦਾਂ ਦੀ ਸਰਕਾਰ ਚਾਹੀਦੀ ਆ, ਕੱਲ੍ਹ ਰਿਜ਼ਲਟ ਹੋਣਾ ਜੀ? ਸਾਨੂੰ ਸਰਕਾਰ ਚਾਹੀਦੀ ਨੀਲ ਜੋਸ਼ੀ ਜੈਸੀ ਜੀ, ਨੀਲ ਜੋਸ਼ੀ ਨੂੰ ਜਦੋਂ ਮਰਜ਼ੀ ਆਪਾਂ ਫੜ ਕੇ ਲਿਆਈਏ ਕੰਮ ਕਰਾ ਦਿੰਦਾ ਜੀ। ਅੱਜ ਕੱਲ੍ਹ ਜਿਹੜੇ ਆਲੇ ਪਾਲੇ ਜਿਹਨੂੰ ਫੜੀ ਗਏ ਕਹਿੰਦਾ ਠਹਿਰ ਕੇ ਜਾਣਾ ਠਹਿਰ, ਨੀਲ ਜੋਸ਼ੀ ਨਹੀਂ ਵੀ ਕੰਮ ਕਰਦੇ ਹਜੇ ਤੱਕ ਕਰਾ ਦਿੰਦੇ ਜੀ। ਜੋਸ਼ੀ ਸਾਹਿਬ ਨੇ ਬੜੇ ਕੰਮ ਕੀਤੇ ਅੰਮ੍ਰਿਤਸਰ? ਹਾਂਜੀ ਬਹੁਤ ਜੀ, ਪਹਿਲੇ ਨਾਂ ਵੀ ਜਿੱਤੇ ਦੇ ਸੀ ਤਾਂ ਵੀ ਉਹ ਸਾਡੇ 'ਤੇ ਕੰਮ ਕਰਾਉਂਦੇ ਜੀ, ਬਾਂਹ ਫੜ ਕੇ ਕੰਮ। ਹਾਂਜੀ ਜਦੋਂ ਮਰਜ਼ੀ ਬਾਂਹ ਫੜ ਕੇ ਮੁੰਡਾ ਨੂੰ। ਕਿਹੜੇ ਕੰਮ ਹੋਣ ਵਾਲੇ? ਬੜੇ ਬੜੇ ਕੰਮ, ਸੜਕਾਂ ਸੁੜਕਾਂ ਦਾ ਵੀ ਹੈ, ਜੋ ਵੀ ਹੈ ਨਸ਼ਾ ਹੋ ਗਿਆ, ਸਕੂਲਾਂ ਦੇ ਬੱਚਿਆਂ ਦਾ ਹੋ ਗਿਆ, ਜੋ ਵੀ ਹੈ। ਲੀਡਰ ਜੋਸ਼ੀ ਵਰਗਾ? ਲੀਡਰ ਜੋਸ਼ੀ ਵਰਗਾ ਚਾਹੀਦਾ ਜੀ, ਲੀਡਰ ਜੋਸ਼ੀ ਵਰਗਾ ਚਾਹੀਦਾ। ਲੋਕ ਹੋਰ ਸੋਚਦੇ ਨੇ, ਇਹ ਲੋਕਾਂ ਦੇ ਵਿੱਚ ਵਿਚਰ ਰਹੇ ਆ, ਕਿਉਂਕਿ ਕੱਲ੍ਹ ਰਿਜ਼ਲਟ ਆ, ਲੋਕਾਂ ਨੇ ਆਪਣੀ ਵੋਟ 'ਤੇ ਪਾਲੀ ਆ। ਭਾਜੀ ਵੋਟ ਪਾਈ? ਲੋਕ ਝੁਕਾ ਰਹੇ ਨੇ ਕਿਉਂਕਿ ਵੋਟ ਤਾਂ ਲੋਕਾਂ ਨੇ ਪਾਈ ਆ, ਪਰ ਲੋਕ ਕੀ ਸੋਚਦੇ ਨੇ? ਸਭ ਤੋਂ ਪੁਰਾਣੀ ਦੁਕਾਨ ਹੀਰਾ ਪਨੀਰ ਵਾਲਾ। ਹੀਰਾ ਜੀ, ਕੱਲ੍ਹ ਰਿਜ਼ਲਟ ਆਉਣਾ ਜੀ, ਕੀ ਚੀਜ਼ ਸੋਚਦੀ? ਨਹੀਂ ਨਹੀਂ ਮੈਂ ਕਿਉਂ ਨਹੀਂ ਸਹੀ ਦਿੱਤਾ, ਹਾਲਾਂਕਿ ਮੇਰਾ ਸਾਰਿਆਂ ਦਾ ਪਿਆਰ ਹੀ ਆ, ਜਿਹੜਾ ਮਰਜ਼ੀ ਜਿੱਤੇ ਮੈਨੂੰ ਸਾਰਿਆਂ ਦਾ ਖੁਸ਼ੀ ਆ। ਹਾਂ ਕੰਮ ਸਾਰੇ ਹੀ ਹੋਣ ਵਾਲੇ, ਆਪੀ ਜਿਹੜਾ ਹੈਗਾ ਕਰਾਏਗਾ, ਮੈਂ ਥੋੜਾ ਕਰਾਵਾਂਗਾ। ਵੋਟ ਤੇ ਪਾਈ? ਵੋਟ ਪਾਈ ਹੈ, ਜਿਹੜਾ ਜਿੱਤਿਆ ਉਹਨੂੰ ਪਾਈ ਹੈ, ਸਾਰਾ ਸਾਰਿਆਂ ਨੇ। ਲੋਕ ਅੰਮ੍ਰਿਤਸਰ ਦੇ ਨੇ ਇਸ਼ਾਰਾ ਸਾਰਿਆਂ ਵਾਲਾ ਕਿ ਵੋਟ ਤੇ ਪਾਤੀ ਆ, ਪਰ ਵੋਟ ਦੇ ਵਿੱਚ ਕੀ ਰਿਜ਼ਲਟ ਆਵੇਗਾ, 4 ਤਰੀਕ ਕਿਸ ਦਾ ਭਵਿੱਖ ਚੇਂਜ ਹੋਵੇਗਾ, ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ। ਜਿਹੜੇ ਲੀਡਰ ਖੜੇ ਹੋਏ ਨੇ ਉਹਨਾਂ ਦੇ ਦਿਲਾਂ ਦੀ ਧੜਕਣ ਵੱਧ ਚੁੱਕੀ ਆ,
ਪਰ ਲੋਕਾਂ ਨੇ ਵੀ ਹੁਣ ਸੋਚ ਲਿਆ ਵੋਟ ਅਸੀਂ ਉਹਨੂੰ ਪਾਈ ਆ ਜਿਹੜਾ ਅੰਮ੍ਰਿਤਸਰ ਦੇ ਕੰਮ ਕਰੇ, ਪੰਜਾਬ ਦੀ ਆਵਾਜ਼ ਜਿਹੜੀ ਇੱਕ ਲੋਕ ਸਭਾ ਦੇ ਵਿੱਚ ਪਹੁੰਚਾਵੇ, ਉੱਥੇ ਮੁੱਦਿਆਂ ਦੇ ਉੱਪਰ ਗੱਲ ਕੀਤੀ ਜਾਵੇ। ਇਹ ਨਾ ਹੋਵੇ MP ਬਣਨ ਤੋਂ ਬਾਅਦ ਉਹ ਆਪਣੇ ਹੀ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜਾਂ ਆਪਣੇ ਕੰਮ ਕਰੇ ਅਤੇ ਲੋਕਾਂ ਦਾ ਫਿਰ ਨਾ ਸੋਚੇ। ਪਰ ਲੋਕ ਵੀ ਸਿਆਣੇ ਨੇ, ਲੋਕਾਂ ਨੇ ਸੋਚ ਸਮਝ ਕੇ ਜਿਹੜੀ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ। ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।